ਸਤਿ ਸ਼੍ਰੀ ਅਕਾਲ, ਮੈਂ ਸੋਨ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਮਝੌਤੇ ਨੂੰ ਲੈ ਕੇ, ਔਰ ਜਿਸ ਦਿਨ ਦਾ ਇਹ ਸਮਝੌਤਾ ਹੋਇਆ ਹੈ ਵਿਰੋਧੀਆਂ ਵੱਲੋਂ ਇਸ ਸਮਝੌਤੇ 'ਤੇ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜੇ ਸ਼ਬਦੀ ਹਮਲੇ ਹੈ ਉਹ ਕੀਤੇ ਜਾ ਰਹੇ ਨੇ। ਕੋਈ ਕਹਿ ਰਿਹਾ ਕਿ ਇਸ ਦਾ ਅਕਾਲੀਆਂ ਨੂੰ ਫਾਇਦਾ ਹੋਏਗਾ, ਕੋਈ ਕਹਿ ਰਿਹਾ ਕਿ ਇਸ ਦਾ ਬਸਪਾ ਨੂੰ ਫਾਇਦਾ ਹੋਏਗਾ, ਲੇਕਿਨ ਕੋਈ ਕਹਿ ਰਿਹਾ ਕਿ ਅਕਾਲੀਆਂ ਨੇ ਬਹੁਤ ਵੱਡੀ ਮਤਲਬ ਇੱਕ ਚਾਲ ਖੇਲੀ ਹੈ ਬਸਪਾ ਦੇ ਨਾਲ। ਉਹ ਸੀਟਾਂ ਜੋ ਸ਼ਹਿਰੀ ਸੀਟਾਂ ਨੇ ਜਿਹੜੀਆਂ ਕਿ BJP ਲਈ ਛੱਡੀਆਂ ਗਈਆਂ ਨੇ, ਉਹ ਸੀਟਾਂ ਬਸਪਾ ਦੇ ਝੋਲੀ ਪਾ ਦਿੱਤੀਆਂ ਨੇ। ਲੇਕਿਨ ਜੇ ਬਸਪਾ ਦੇ ਆਧਾਰ ਦੀ ਗੱਲ ਕਰੀਏ ਤਾਂ ਉਸਦਾ ਆਧਾਰ ਜ਼ਿਆਦਾ ਕਰਕੇ ਮਤਲਬ ਪਿੰਡਾਂ ਦੇ ਵਿੱਚ ਨਜ਼ਰ ਆਉਂਦਾ ਹੈ। ਲੇਕਿਨ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇਸ ਗੱਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਦੀ ਲੋਕਾਂ ਦੀ ਸੋਚ ਹੈ, ਔਰ ਇਸ ਸੋਚ ਨੂੰ ਲੈ ਕੇ ਮੇਰੇ ਨਾਲ ਗੱਲਬਾਤ ਲਈ ਤਿਆਰ ਨੇ ਗੁਲਜ਼ਾਰ ਮੱਲੀ ਜੀ, ਜੋ ਇਸ ਸਮੇਂ ਫੋਨ ਲਾਈਨ 'ਤੇ ਜੁੜੇ ਹੋਏ ਨੇ। ਮੱਲੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੋਤਾ ਜੀ, ਸਤਿ ਸ਼੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਹੋ ਗਿਆ ਸਮਝੌਤਾ, ਔਰ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇਸ ਸਮਝੌਤੇ ਨੂੰ ਲੈ ਕੇ ਲੋਕਾਂ ਵਿੱਚ ਕਿਸ ਤਰ੍ਹਾਂ ਦੀ ਕਿਉਰਿਓਸਿਟੀ ਹੈ, ਕੀ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ? ਦੇਖੋ ਸੋਤਾ ਜੀ, ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ BSP ਤੇ ਅਕਾਲੀ ਦਲ ਦਾ ਸਮਝੌਤਾ ਹੋਇਆ, ਲੋਕਾਂ ਦੇ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਅਕਾਈਆਂ ਨੇ ਜੀ ਪਿੰਡਾਂ ਦੇ ਵਿੱਚ ਉਹ ਵੀ ਗਠਿਤ ਕਰ ਦਿੱਤੀਆਂ ਗਈਆਂ ਨੇ। ਗੱਲ ਕਰੀਏ ਵਿਧਾਨ ਸਭਾ ਹਲਕਾ ਡਿਡਬਾ ਦੀ, ਤਾਂ ਬਹੁਜਨ ਸਮਾਜ ਜੀ ਦੇ ਪਾਰਟੀ ਦੇ ਵੱਲੋਂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਵੱਲੋਂ ਜਿਹੜੀ ਜੂਨ ਤੱਕ ਸਥਾਪਿਤ ਕੀਤੇ ਗਏ ਨੇ, ਸਰਕਾਰ ਪ੍ਰਧਾਨ ਨੇ ਜਿਹਨੇ ਉਹਨਾਂ ਸਭ ਨੂੰ ਜਿਹੜੇ ਨੇ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ ਨੇ ਕਿ ਉਹਨਾਂ ਦੇ ਡਿਊਟੀਆਂ ਲਗਾ ਦਿੱਤੀਆਂ ਕਿ ਹੁਣ ਤੋਂ ਹੀ ਮਿਹਨਤ ਕਰਕੇ ਜਿਹੜੇ ਵੀ ਤੁਸੀਂ ਪਾਰਟੀ ਦੇ ਜੁੜ ਜਾਓ ਇਕਜੁੱਟਤਾ ਵਾਸਤੇ, ਕਿਉਂਕਿ ਆਪਾਂ ਹੁਣ ਜਿਹੜੀ ਪਿੰਡਾਂ ਦੇ ਵਿੱਚੋਂ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਵੋਟ ਹੈ ਉਹ ਵੱਧ ਤੋਂ ਵੱਧ ਅਕਾਲੀ ਦਲ ਨੂੰ ਬਣਾ ਕੇ ਪਵਾ ਕੇ ਸਰਕਾਰ ਬਣਾਉਣੀ ਹੈ, ਤੇ ਪੂਰੀ ਤਨਦੇਹੀ ਨਾਲ ਜਿਹੜੇ ਵਰਕਰ ਨੇ ਸਹੂਤਾ ਜੀ ਉਹ ਪੂਰੀ ਮਿਹਨਤ ਕਰਨ ਲੱਗ ਗਏ ਹਨ, ਜਿਸ ਦਿਨ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ, ਅਤੇ ਜਿਹੜੇ ਸਰਕਲ ਪ੍ਰਧਾਨ ਨੇ ਅਜੇ ਉਸ ਤੋਂ ਜਿਹੜੀ ਛੋਟੀਆਂ ਇਕਾਈਆਂ ਨੇ ਉਹ ਹੁਣ ਸਰਕਲ ਪ੍ਰਧਾਨਾਂ ਦੀ ਡਿਊਟੀ ਲਗਾਈ ਹੈ ਕਿ ਉਹ ਪਿੰਡਾਂ ਦੀਆਂ ਇਕਾਈਆਂ ਜਿਹੜੀਆਂ ਨੇ ਉਹ ਕਾਇਮ ਕਰਨ ਜੀ। ਅੱਛਾ ਮੱਲੀ ਸਾਹਿਬ, ਕੀ ਲੱਗ ਰਿਹਾ ਕਿ ਇਸ ਮਤਲਬ ਗੱਠਜੋੜ ਦਾ ਅਸਲ ਵਿੱਚ ਫਾਇਦਾ ਕਿਸ ਨੂੰ ਹੋਏਗਾ, ਅਕਾਲੀਆਂ ਨੂੰ ਜਾਂ ਬਸਪਾ ਨੂੰ? ਦੇਖੋ ਸੋਤਾ ਜੀ, ਫਾਇਦਾ ਤਾਂ ਦੇਖੋ ਅਕਾਲੀਆਂ ਨੂੰ ਹੋਣਾ ਤੇ ਬਸਪਾ ਨੂੰ ਵੀ ਹੋਣਾ, ਦੋਨਾਂ ਨੂੰ ਬਰਾਬਰ ਹੀ ਹੋਣਾ, ਕਿਉਂਕਿ ਜਦੋਂ ਕੋਈ ਵੀ ਅਲਾਇੰਸ ਹੁੰਦਾ ਤਾਂ ਕਿਤੇ ਨਾ ਕਿਤੇ ਜਦੋਂ ਸੀਟਾਂ ਦੀ ਵੰਡ ਹੁੰਦੀ ਹੈ ਤਾਂ ਉਸ ਦਾ ਕਿਤੇ ਨਾ ਕਿਤੇ ਜਿਹੜਾ ਇਹ ਫਾਇਦਾ ਹੁੰਦਾ ਤਾਂ ਉਹ ਦੋਨੋਂ ਪਾਰਟੀਆਂ ਹੋਊਗਾ, ਕਿਉਂਕਿ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਕਮਜ਼ੋਰ ਹੈ ਜਾਂ ਬਸਪਾ ਦਾ ਲੱਗਦਾ ਕਿ ਜ਼ੋਰ ਹੈ, ਉਸ ਜਗ੍ਹਾ ਤੇ ਸੀਟਾਂ ਦੀ ਵੰਡ ਕੀਤੀ ਗਈ ਹੈ ਕਿ ਇਹਨਾਂ ਨੂੰ ਲੱਗਦਾ ਕਿ ਜੇ ਕੈਂਡੀਡੇਟ ਜਿੱਥੇ ਇਹਨਾਂ ਨੂੰ ਜਿੱਤਣ ਤਾਂ ਉਹਨਾਂ ਨੂੰ ਉੱਥੇ ਹੀ ਉਮੀਦਵਾਰਾਂ ਨੂੰ ਅਲਾਊਟ ਕੀਤੀਆਂ ਗਈਆਂ ਨੇ ਸੀਟਾਂ BSP ਦੇ ਜੀ। ਦੋਹਾਂ ਦੇ ਗੱਠਜੋੜ ਤੋਂ ਪਹਿਲਾਂ ਕੀ ਬਸਪਾ ਦਾ ਆਧਾਰ ਜੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਦੇਖੀਏ ਤਾਂ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਸੀ? ਦੇਖੋ ਸੋਤਾ ਜੀ, ਬਹੁਜਨ ਸਮਾਜ ਪਾਰਟੀ ਦਾ ਆਧਾਰ ਪਹਿਲਾਂ ਵੀ ਬਹੁਤ ਵਧੀਆ ਸੀ, ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪਾਰਟੀ ਸਟੈਂਡ ਨਹੀਂ ਸੀ ਕਰ ਪਾਈ, ਕਿਉਂਕਿ ਉਹ ਉਹਨਾਂ ਦੇ ਵਿੱਚ ਇੰਨੀ ਕਾਬਲੀਅਤ ਨਹੀਂ ਕਿ ਉਹ ਇੱਕ ਵਿਧਾਨ ਸਭਾ ਸੀਟ ਜਾਂ MP ਦੀ ਸੀਟ ਉਹ ਆਪਣੇ ਬਲਬੂਤੇ ਤੇ ਜਿੱਤਣ। ਕਿਤੇ ਨਾ ਕਿਤੇ ਉਹਨਾਂ ਨੂੰ ਜ਼ਰੂਰੀ ਸੀ ਕਿ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਅਲਾਇੰਸ ਕਰਕੇ ਗੱਠਜੋੜ ਕਰਕੇ ਹੀ ਉਹ ਇਲੈਕਸ਼ਨ ਲੜਨ, ਤਾਂ ਉਹ ਜਿਸ ਤਰ੍ਹਾਂ ਉਹ 96-97 ਦੇ ਵਿੱਚ ਵੀ ਉਹਨਾਂ ਨੇ ਇਲੈਕਸ਼ਨ ਲੜੀ ਸੀ ਤਾਂ ਉਦੋਂ ਨਾਲ ਤੁਸੀਂ ਇਹਨਾਂ ਦੇ MP ਵਧੀਆ ਵੀ ਜਿੱਤੇ ਸੀ ਕੁਛ, ਤਾਂ ਅਕਾਲੀ ਦਲ ਦੇ MP ਵੀ ਵਧੀਆ ਹਾਲਾਤ ਜਿੱਤੇ। ਉਸੇ ਤਰ੍ਹਾਂ ਹੀ ਹੁਣ ਬਸਪਾ ਜਿਹੜੇ ਚਾਹੁੰਦੀ ਹੈ ਕਿ ਜਿਹੜਾ ਲੈਸ ਹੋਇਆ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੇ ਕੁਛ ਨਾ ਕੁਛ MLA ਜਿਹੜੇ ਉਹ ਜਿੱਤਣਗੇ ਜ਼ਰੂਰ ਜੀ। ਸੋ ਮੱਲੀ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਗੱਲਬਾਤ ਕੀਤੀ ਹੈ, ਔਰ ਦੋਸਤੋ ਦੋਹਾਂ ਨੂੰ ਫਾਇਦਾ ਹੋਏਗਾ ਮੱਲੀ ਸਾਹਿਬ ਕਹਿ ਰਹੇ ਨੇ, ਔਰ ਬਸਪਾ ਦਾ ਆਧਾਰ ਸੰਗਰੂਰ ਜ਼ਿਲ੍ਹੇ ਵਿੱਚ ਪਹਿਲਾਂ ਵੀ ਬਹੁਤ ਸੀ ਔਰ ਹੁਣ ਤਾਂ ਹੋਰ ਜ਼ੋਰ ਜਿਹੜਾ ਫੜਦਾ ਨਜ਼ਰ ਆ ਰਿਹਾ ਹੈ। ਹੁਣ ਭਵਿੱਖ ਵਿੱਚ ਦੇਖਣਾ ਹੈ ਕਿ ਇਸ ਗੱਠਜੋੜ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਔਰ ਕੀ ਇਸ ਨੂੰ ਕੋਈ ਨੁਕਸਾਨ ਵੀ ਹੁੰਦਾ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ
कबज़ हर चूरन, कबज़ हर चूरन नू अपनाओ ते कबज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।